ਦੋ ਭਰਾ ਹੀ, ਇੱਕ ਭਰਾ ਨੇ ਆਪਣੇ ਭਰਾ ਨੂੰ ਜਾਇਦਾਦ ਨਹੀਂ ਦਿੱਤੀ, ਆਪਣੇ ਪਿਤਾ ਦੀ ਸਾਰੀ ਜਿਹੜੀ ਉਹਦੀ ਜਾਇਦਾਦ ਹੀ ਆਪ ਹੀ ਸਾਂਭ ਕੇ ਬਹਿ ਗਿਆ, ਔਰ ਉਹਦੇ ਜਿਹੜੇ ਪੈਸੇ ਸੀ ਉਹ ਵੀ ਆਪ ਹੀ ਰੱਖ ਲਏ, ਪਰ ਆਪਣੇ ਛੋਟੇ ਭਰਾ ਨੂੰ ਕੁਛ ਵੀ ਨਹੀਂ ਦਿੱਤਾ। ਪਰ ਜਿਹਦ ਕੋਲ ਕੁਛ ਵੀ ਨਹੀਂ ਸੀ, ਜਿਹਦੇ ਕੋਲ ਲਾਸ ਹੋ ਗਿਆ ਸੀ, ਉਹ ਆਇਆ ਸੀ ਵਾਪਸ ਪ੍ਰਭੂ ਯਿਸੂ ਮਸੀਹ ਕੋ, ਔਰ ਪ੍ਰਭੂ ਯਿਸੂ ਮਸੀਹ ਨੂੰ ਆਉਂਦਾ ਸੀ ਕਿ ਮੇਰੇ ਭਰਾ ਦੇ ਨਾਲ ਗੱਲ ਕਰੋ, ਮੇਰੇ ਭਰਾ ਨੂੰ ਜਰਾ ਸਮਝਾਓ ਆ ਕੇ, ਤਾਂ ਕਿ ਉਹ ਜਿਹੜੇ ਮੇਰੇ ਪਿੱਤਰਾਂ ਦੀ ਯਾਨੀ ਕਿ ਮੇਰੇ ਘਰ ਦੀ ਜਿਹੜੀ ਸੰਪੱਤੀ ਆ ਉਹ ਅੱਧੀ ਅੱਧੀ ਵੰਡ ਲਏ। ਕਿਉਂ ਉਹ ਪ੍ਰਭੂ ਯਿਸੂ ਮਸੀਹ ਕੋਲ ਆਇਆ ਸੀ? ਕਿਉਂਕਿ ਉਹਦੇ ਭਰਾ ਨੇ ਉਹਨੂੰ ਕੁਛ ਨਹੀਂ ਦਿੱਤਾ, ਉਹਦੇ ਭਰਾ ਨੇ ਉਹਨੂੰ ਲਾਸ ਕੀਤਾ, ਉਹਦੇ ਭਰਾ ਨੇ ਉਹਨੂੰ ਧੋਖਾ ਦਿੱਤਾ, ਉਹਦੇ ਭਰਾ ਨੂੰ ਉਹਨੂੰ ਹਿੱਸਾ ਨਹੀਂ ਦਿੱਤਾ, ਉਹਦੇ ਕੋਲ ਕੁਛ ਨਹੀਂ ਸੀ, ਕੰਗਾਲ ਬਣ ਗਿਆ ਸੀ। ਇਸ ਕਰਕੇ ਉਹ ਪ੍ਰਭੂ ਯਿਸੂ ਮਸੀਹ ਕੋਲ ਆਇਆ ਸੀ। ਉਹ ਭੈਣਾਂ ਔਰ ਭਰਾਓ, ਇੱਕ ਭਰਾ ਔਰ ਹੀ ਜਿਹਨੇ ਆਪਣੇ ਮਾਤਾ ਪਿਤਾ ਦੀ ਸੰਪੱਤੀ ਨੂੰ, ਸਾਰੀਆਂ ਚੀਜ਼ਾਂ ਨੂੰ ਆਪਣੇ ਕੋਲ ਰੱਖ ਲਿਆ, ਉਹਨੇ ਆਪਣੇ ਭਰਾ ਨੂੰ ਕੁਛ ਨਹੀਂ ਦਿੱਤਾ, ਉਹਦੇ ਕੋਈ ਵੀ ਕਮੀ ਨਹੀਂ ਸੀ, ਕੋਈ ਵੀ ਘਾਟਾ ਨਹੀਂ ਸੀ, ਇਸ ਕਰਕੇ ਉਹ ਪ੍ਰਭੂ ਯਿਸੂ ਮਸੀਹ ਕੋ ਉਹ ਨਹੀਂ ਹੀ ਆਇਆ। ਉਹ ਭੈਣ ਔਰ ਭਰਾਓ, ਅੱਜ ਸਾਡੇ ਜੀਵਨ ਦੇ ਵਿੱਚ ਜਦੋਂ ਕਮੀ ਘਟੀਆਂ ਹੁੰਦੀਆਂ ਵਾ, ਉਦੋਂ ਅਸੀਂ ਪ੍ਰਭੂ ਯਿਸੂ ਮਸੀਹ ਕੋਲ ਆਉਂਦੇ ਹਾਂ ਔਰ ਬੇਨਤੀ ਕਰਨੀ ਹੈ, ਪ੍ਰਾਰਥਨਾ ਕਰਨੀ ਆ ਕਿ ਸਾਡੇ ਜੀਵਨ ਦੇ ਵਿੱਚ ਇਹ ਸਾਰੀਆਂ ਕਮੀਆਂ ਘਟੀਆਂ ਹੋ ਗਈਆਂ ਵਾ, ਇੱਕ ਵਾਰੀ ਮੇਰੀ ਪ੍ਰਾਰਥਨਾ ਸੁਣੋ ਔਰ ਇਹਦਾ ਜਵਾਬ ਦਿਓ। ਉਹ ਭੈਣ ਔਰ ਭਰਾਓ, ਜਦੋਂ ਸਾਡੇ ਜੀਵਨ ਦੇ ਵਿੱਚ ਕਮੀ ਘਟੀ ਹੁੰਦੀ ਆ, ਉਦੋਂ ਹੀ ਅਸੀਂ ਪ੍ਰਭੂ ਯਿਸੂ ਮਸੀਹ ਕੋਲ ਆਉਂਦੇ ਹਾਂ। ਪਰ ਇੱਕ ਭਰਾ ਹੋਰ ਹੀ ਜਿਹਦੇ ਜੀਵਨ ਵਿੱਚ ਸਭ ਕੁਛ ਹੀ, ਉਹ ਪ੍ਰਭੂ ਯਿਸੂ ਮਸੀਹ ਕੋਲ ਨਹੀਂ ਆਇਆ। ਉਹ ਭੈਣ ਔਰ ਭਰਾਓ, ਅੱਜ ਪ੍ਰਭੂ ਯਿਸੂ ਮਸੀਹ ਇਸ ਵਚਨ ਦੇ ਨਾਲ ਤੁਹਾਡੇ ਨਾਲ ਔਰ ਮੇਰੇ ਨਾਲ ਇੱਕ ਗੱਲ ਕਰਨ ਡੇ ਆ, ਅੱਜ ਇਸ ਵਚਨ ਦੇ ਨਾਲ ਪਰਮੇਸ਼ੁਰ ਸਾਡੇ ਨਾਲ ਗੱਲ ਕਰਨ ਡਿਆ ਵਾ, ਤੁਹਾਡਾ ਜੀਵਨ ਕਿਤਨਾ ਇਤਰਾਂ ਤਾਂ ਨਹੀਂ ਆ, ਜੇ ਤੁਸੀਂ ਲਾਭ ਪਾ ਕੇ ਜੇ ਪਰਮੇਸ਼ੁਰ ਕੋ ਦੂਰ ਹੋ ਗਏ ਜੇ, ਅੱਜ ਪਰਮੇਸ਼ੁਰ ਇਸ ਵਚਨ ਦੇ ਦੁਆਰਾ ਸਾਡੇ ਨਾਲ ਗੱਲ ਕਰਨ ਡਿਆ ਵਾ। ਇਹ ਧਨਵਾਨ ਇਨਸਾਨ ਹੀ, ਇਹਦੀ ਉਪਜ ਹੋਈ ਔਰ ਬਹੁਤ ਸਾਰੀ ਖੇਤੀਬਾੜੀ ਦੇ ਵਿੱਚ ਬਹੁਤ ਸਾਰੀ ਇਹਨੇ ਆਸ਼ੀਸ਼ ਪਾਈ ਔਰ ਬਹੁਤ ਸਾਰਾ ਅਨਾਜ ਮਿਲਿਆ, ਬਹੁਤ ਸਾਰਾ ਪੈਸਾ ਮਿਲਿਆ ਔਰ ਬਹੁਤ ਹੀ ਜ਼ਿਆਦਾ ਖੁਸ਼ ਹੋ ਗਿਆ, ਔਰ ਇਹਨੇ ਆਪਣਾ ਘਰ ਵੀ ਤੋੜ ਦਿੱਤਾ, ਘਰ ਵੀ ਵੱਡਾ ਬਣਾ ਲਿਆ, ਸਭ ਅਨਾਜ ਉਹਦੇ ਵਿੱਚ ਰੱਖਣ ਵਾਸਤੇ, ਔਰ ਆਪਣੇ ਆਪ ਨੂੰ ਕਹਿਣ ਲੱਗਾ ਖਾ ਪੀ ਐਸ਼ ਕਰ ਆਰਾਮ ਕਰ, ਤੇਰੇ ਕੋਲ ਬਹੁਤ ਸਾਲ ਤੱਕ ਕੁਛ ਵੀ ਕੰਮ ਕਰਨ ਦੀ ਲੋੜ ਨਹੀਂ ਆ, ਰਮਾਨ ਨਾ ਤੂੰ ਜੀ ਸਕਣਾ ਵਾਂ। ਪਰ ਇਹਨੇ ਇੱਕ ਵਾਰੀ ਵੀ ਪਰਮੇਸ਼ੁਰ ਦਾ ਧੰਨਵਾਦ ਨਹੀਂ ਦਿੱਤਾ, ਇੱਕ ਵਾਰੀ ਵੀ ਪਰਮੇਸ਼ੁਰ ਨੂੰ ਯਾਦ ਨਹੀਂ ਕੀਤਾ, ਔਰ ਇਹਨੇ ਇਹ ਨਹੀਂ ਆਖਿਆ ਕਿ ਪਰਮੇਸ਼ੁਰ ਤੇਰਾ ਧੰਨਵਾਦ ਹੋ ਕਿ ਮੇਰੇ ਜਿਹੜੇ ਖੇਤ ਆ ਫਲੇ ਅਗੇ। ਉਹ ਭੈਣ ਔਰ ਭਰਾਓ, ਅੱਜ ਹਰ ਇੱਕ ਇਨਸਾਨ ਜਦੋਂ ਉਹਦੇ ਕੋਲ ਕੁਛ ਵੀ ਨਹੀਂ ਗਾ ਹੁੰਦਾ, ਉਦੋਂ ਉਹ ਪਰਮੇਸ਼ੁਰ ਦੇ ਸਾਹਮਣੇ ਪ੍ਰਾਰਥਨਾ ਕਰਦਾ ਵਾ ਔਰ ਪਰਮੇਸ਼ੁਰ ਨੂੰ ਕਹਿੰਦਾ ਵਾ, ਪਰਮੇਸ਼ੁਰ ਮੈਂ ਬੜਾ ਹੀ ਲਾਸ ਹੋ ਗਿਆ ਵਾਂ, ਕੋਈ ਵੀ ਫਾਇਦਾ ਮੈਨੂੰ ਨਹੀਂ ਹੁੰਦਾ, ਜਦੋਂ ਵੀ ਕੋਈ ਕੰਮ ਕਰਨਾ ਵਾ ਉਦੋਂ ਘਾਟੇ ਵਿੱਚ ਚਲ ਜਾਂਦਾ ਵਾਗਾ। ਉਹ ਭੈਣ ਔਰ ਭਰਾਓ, ਇਸ ਤਰ੍ਹਾਂ ਦੀਆਂ ਪ੍ਰਾਰਥਨਾ ਬਹੁਤ ਲੋਕ ਕਰਦੇ ਆ, ਫਿਰ ਪ੍ਰਾਰਥਨਾ ਕਰਦੇ ਆ ਕਿ ਪਰਮੇਸ਼ੁਰ ਮੈਨੂੰ ਇਹਦੇ ਵਿੱਚ ਫਾਇਦਾ ਦੇ ਜਾਂ ਮੇਰਾ ਲਾਭ ਹੋਏ, ਤਾਂ ਫਿਰ ਕੀ ਕਰਦੇ ਆ, ਲਾਭ ਹੋਏ ਜਦੋਂ ਮੈਨੂੰ ਲਾਭ ਹੋਊਗਾ ਤਾਂ ਪਰਮੇਸ਼ੁਰ ਮੈਂ ਤੈਨੂੰ ਯਾਦ ਰੱਖੂੰਗਾ, ਤੇਰੇ ਘਰ ਨੂੰ ਯਾਦ ਰੱਖੂੰਗਾ, ਸੇਵਕਾਂ ਨੂੰ ਯਾਦ ਰੱਖੂੰਗਾ, ਜ਼ਰੂਰਤਮੰਦ ਲੋਕਾਂ ਨੂੰ ਯਾਦ ਰੱਖੂੰਗਾ, ਆਪਣੇ ਭਰਾ ਨੂੰ ਯਾਦ ਰੱਖੂੰਗਾ, ਔਰ ਜਿੰਨੇ ਵੀ ਜ਼ਰੂਰਤਮੰਦ ਲੋਕ ਹੋਣਗੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਯਾਦ ਰੱਖੂੰਗਾ, ਮਦਦ ਕਰੂੰਗਾ ਔਰ ਸਭ ਦਾ ਸਭ ਕੁਝ ਨੂੰ ਦਊਂਗਾ। ਜਦੋਂ ਅਸੀਂ ਇਹ ਪ੍ਰਾਰਥਨਾ ਕਰਨੇ ਹਾਂ ਤਾਂ ਪਰਮੇਸ਼ੁਰ ਸਾਡੀ ਪ੍ਰਾਰਥਨਾ ਨੂੰ ਸੁਣਦਾ ਵਾ, ਜਵਾਬ ਦਿੰਦਾ ਵਾ, ਔਰ ਜਿਹੜਾ ਅਸੀਂ ਕੰਮ ਕਰਨੇ ਹਾਂ ਉਹ ਕੰਮ ਵਿੱਚ ਸਾਨੂੰ ਫਾਇਦਾ ਮਿਲਦਾ ਵਾ ਔਰ ਅਸੀਂ ਬਹੁਤ ਉੱਤੇ ਤੱਕ ਚਲ ਜਾਂਦੇ ਹਾਂ। ਫਿਰ ਇਨਸਾਨ ਜਦੋਂ ਫਾਇਦੇ ਵਿੱਚ ਆ ਜਾਂਦਾ ਵਾ, ਜਦੋਂ ਲਾਭ ਵਿੱਚ ਲੋਭ ਵਿੱਚ ਆ ਜਾਂਦਾ ਵਾ, ਉਦੋਂ ਉਹਦੇ ਜੀਵਨ ਦੇ ਵਿੱਚ ਉਹਦਾ ਜੀਵਨ ਜਿਹੜਾ ਵਾ ਬਦਲ ਜਾਂਦਾ ਵਾ, ਉਹ ਸਭ ਤੋਂ ਪਹਿਲਾਂ ਆਪਣੇ ਭਰਾ ਨੂੰ ਭੁੱਲ ਜਾਂਦਾ ਵਾ ਔਰ ਫਿਰ ਜ਼ਰੂਰਤਮੰਦ ਲੋਕਾਂ ਨੂੰ ਭੁੱਲ ਜਾਂਦਾ ਵਾ, ਫਿਰ ਜਿੰਨੇ ਉਹਦੀ ਮਦਦ ਕੀਤੀ ਸੀ ਉਹਨੂੰ ਵੀ ਭੁੱਲ ਜਾਂਦਾ ਵਾ, ਫਿਰ ਉਹ ਪਰਮੇਸ਼ੁਰ ਦੇ ਘਰ ਨੂੰ ਵੀ ਭੁੱਲ ਜਾਂਦਾ ਵਾ ਔਰ ਫਿਰ ਉਹ ਸੇਵਕਾਂ ਨੂੰ ਵੀ ਭੁੱਲ ਜਾਂਦਾ ਵਾ, ਸਾਰੀਆਂ ਚੀਜ਼ਾਂ ਨੂੰ ਭੁੱਲ ਜਾਂਦਾ ਵਾ, ਬਸ ਇੱਕੋ ਇੱਕ ਯਾਦ ਰਹਿੰਦਾ ਵਾਗਾ ਕਿ ਮੈਂ ਬਸ ਕਮਾਵਾਂ, ਮੈਂ ਬਸ ਖਾਵਾਂ, ਮੇਰੇ ਬੱਚੇ ਚੰਗੇ ਰਹਿਣ, ਮੈਂ ਚੰਗਾ ਰਹਾਂ, ਸਾਰੇ ਲੋਕ ਮੇਰੇ ਜਿਹੜੇ ਲੋਕ ਮੇਰੇ ਪਰਿਵਾਰ ਆ ਉਹ ਚੰਗੇ ਰਹਿਣ, ਬਾਕੀ ਸਾਰੇ ਮੈਨੂੰ ਕੋਈ ਯਾਦ ਹੀ ਨਹੀਂ ਆ। ਉਹ ਭੈਣ ਔਰ ਭਰਾਓ, ਜੇ ਤੁਹਾਡੇ ਜੀਵਨ ਦੇ ਵਿੱਚ ਆਸ਼ੀਸ਼ ਆਉਂਦੀ ਆ, ਜੇ ਤੁਹਾਡੇ ਜੀਵਨ ਦੇ ਵਿੱਚ
परमेश्वर आशीष लैके आंदा वा। जे तुहानू परमेश्वर बहुत कुछ दिंदा वा दूसरियां तो भी ज़्यादा, तो बहुत ही खुशी की बा गल हैगी, क्यों उहदे विच आनंद करना चाहना, आनंद करना, आनंद मनाउणा चाहीदा वा, खुशी मनाउणी चाहीदी है, खाना पीना सब कुछ चाहीदा वा। पर जिहड़ा कोई परमेश्वर नूं भुल जांदा वा, अज परमेश्वर आखण डिया वागा, फिर उत्तों एक आवाज़ आऊगी, वह आखूगा जिन्ना भी तू कमाया वा, जिन्ना भी कुछ रख्या वा तू, जे अज ही मैं तेरी जान ले लूँगा तो सारा किदा होगा। ओ भैणो भरावो, अज परमेश्वर इस सवाल सारे नूं पुछण डिया वा।